जी दोस्तों सत श्रीकाल, आस करते हैं तुसी ठीक ठाक होवोगे, चढ़दी कला दे विच होवोगे। दोस्तों गुरबाणी प्रसारण नूं लैके इस वेले मसला जिहड़ा है उह भखिया पिया। इह मसला है एक चैनल राहीं गुरबाणी दा प्रसारण श्री दरबार साहिब तों होणा अते लंबे समय तों होणा। जे गल पीटीसी नैटवर्क दी करिए, इह चैनल जिहड़ा है पीटीसी पंजाबी जो 2008 दे विच लॉन्च हुंदा है, ते इहदे जिहड़े ओनर ने मालिक ने उह सुखबीर सिंह बादल हो रही है। बहुत समा जिहड़ा है इस गल दा जिहड़ा ज्यादा पब्लिकली रौला नहीं सी कि इस चैनल नूं कौन रन करता है, कौन चलाउंदा है, कौन नहीं चलाउंदा, पर हौली हौली कुछ इनवैसटीगेटिव जिहड़े जर्नलिज्म करन वाले लोग ने उन्हां वल्लों इह तत्थ लभ के लिआंदे गए। एक तरह दा साफ हो गया कि इह चैनल जिहड़ा है पीटीसी पंजाबी जो है सुखबीर बादल श्रोमणी अकाली दल दे करता धरता जो रहे उन्हां दा, उस तो बाद फास्ट वे केबल जिहड़ी है उहदा वी मन्निया जांदा कि सुखबीर बादल होरी उहनूं चलाउंदे। ते उस तो बाद अगली गल जे करिए तां इक अद्धा वैब चैनल है उस दे बारे जेकर मैं गल करां उसका नाम लए बिना, तो एक अद्धा वड्डा वैब चैनल जिहड़ा है पंजाब दे दो तीन बहुत वड्डे वैब चैनल जी, वैब चैनल वह होंगे जिहड़े फेसबुक यूट्यूब राहीं चलते हैं। सो उहनां दे विचों एक वड्डा नाम है उस चैनल का, उहदे वी कहिंदे आ कि ऑनर जिहड़े सुखबीर सिंह बादल होरी ने। सो गुरबाणी प्रसारण दे मसले नूं थोड़ा जिहा जेकर आपां विचारीए ਤਾਂ ਫਿਰ ਸ਼ੁਰੂਆਤੀ ਗੱਲ ਕਰਦੇ ਹਾਂ ਕਿ ਅਨੰਦਪੁਰ ਸਾਹਿਬ ਦਾ ਮਤਾ ਜਦੋਂ ਬਣਾਇਆ ਗਿਆ ਨਾ, ਉਹਦੇ ਵਿੱਚ ਟਰਮ ਸੀਗੀਆਂ ਕਿ ਸਰਕਾਰ ਆਹ ਮੰਗਾਂ ਸਾਡੀਆਂ ਮੰਨੇ, ਅਤੇ ਉਹਦੇ ਵਿੱਚ ਇੱਕ ਇਹ ਵੀ ਸੀ ਕਿ ਟਰਾਂਸਮੀਟਰ ਲਾ ਕੇ ਯਾਨੀ ਕਿ ਰੇਡੀਓ ਸਿਸਟਮ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੂੰ ਗੁਰਬਾਣੀ ਸੁਣਾਈ ਜਾਵੇ। ਸੋ ਇਹ ਮਸਲਾ ਸੀ ਉਸ ਵੇਲੇ, ਮਾਫ਼ ਕਰਨਾ ਇਹ ਟਰਮ ਸੀ ਉਹ ਅਨੰਦਪੁਰ ਸਾਹਿਬ ਦੇ ਮਸਲੇ ਦੇ ਵਿੱਚ, ਪਰ ਉਹ ਸਰਕਾਰ ਵੱਲੋਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਟਰਾਂਸਮੀਟਰ ਜਿਹੜਾ ਉਹ ਨਹੀਂ ਲੱਗਿਆ ਦਰਬਾਰ ਸਾਹਿਬ ਵਿਖੇ, ਤੇ ਗੁਰਬਾਣੀ ਜਿਹੜੀ ਹੈ ਵਿਦੇਸ਼ਾਂ ਦੇ ਵਿੱਚ ਨਹੀਂ ਸੀ ਪਹੁੰਚਦੀ। ਉਸ ਤੋਂ ਬਾਅਦ ਸਮੇਂਦਰ ਸਮੇਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਗੁਰਬਾਣੀ ਜਿਹੜੀ ਹੈ ਉਹ ਸੁਣਾਈ ਜਾਵੇ ਬਾਹਰ ਬੈਠੇ ਸਿੱਖਾਂ ਨੂੰ। ਸੋ ਤੁਹਾਨੂੰ ਯਾਦ ਹੋਣਾ ਪੀਟੀਸੀ ਤੋਂ ਪਹਿਲਾਂ ਏਟੀਸੀ ਨਾਮ ਦਾ ਨੈਟਵਰਕ ਹੁੰਦਾ ਸੀ, ਉਹਨਾਂ ਨੇ ਇੱਕ ਚੈਨਲ ਜਿਹੜਾ ਆਪਣਾ ਏਟੀਸੀ ਨੇ ਇਸ ਤਰ੍ਹਾਂ ਦਾ ਰਨ ਕੀਤਾ ਹੋਇਆ ਸੀ ਕਿ ਸਾਰਾ ਦਿਨ ਗੁਰਬਾਣੀ ਉਹਦੇ ਉੱਤੇ ਚੱਲਦੀ ਰਹਿੰਦੀ ਸੀ। ਹੌਲੀ ਹੌਲੀ ਫਿਰ ਏਟੀਸੀ ਪੀਟੀਸੀ ਦੇ ਵਿੱਚ ਬਦਲ ਗਿਆ ਅਤੇ ਫਿਰ ਇਹ ਗੁਰਬਾਣੀ ਜਿਹੜੀ ਹੈ ਉਸ ਤਰੀਕੇ ਦੇ ਨਾਲ ਚੱਲਣ ਲੱਗੀ। ਦੋਸਤੋ ਮਸਲਾ ਇਹ ਨਹੀਂ ਹੈ ਕਿ ਗੁਰਬਾਣੀ ਇੱਕ ਚੈਨਲ ਤੇ ਕਿਉਂ ਚੱਲਦੀ ਹੈ। ਹੁਣ ਜੇ ਇਹ ਆਪਾਂ ਗੱਲ ਕਰਨੀ ਹੋਵੇ ਨਾ, ਤਾਂ ਆਪਾਂ ਇਸ ਤਰੀਕੇ ਨਾਲ ਵੀ ਗੱਲ ਕਰ ਸਕਦੇ ਹਾਂ ਕਿ ਇੱਕ ਚੈਨਲ ਗੁਰਬਾਣੀ ਦੀ ਆੜ ਲੈ ਕੇ, ਮੈਂ ਜਨਰਲੀ ਗੱਲ ਕਰਦਾ ਕਿ ਇੱਕ ਚੈਨਲ ਜਿਹੜਾ ਗੁਰਬਾਣੀ ਦੀ ਆੜ ਲੈ ਕੇ ਤੇ ਆਪਣੇ ਏਜੰਡੇ ਪੂਰੀ ਦੁਨੀਆ ਦੇ ਵਿੱਚ ਥੋਪ ਰਿਹਾ ਯਾਨੀ ਕਿ ਬਣਾ ਰਿਹਾ ਹੋਵੇ। ਸੋ ਇਹਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ। ਕਿਉਂ? ਕਿਉਂਕਿ ਜਦੋਂ ਗੱਲ ਆਪਾਂ ਆਮ ਚੈਨਲਸ ਦੀ ਕਰਦੇ ਹਾਂ, ਪੰਜਾਬੀ ਚੈਨਲਸ, ਸੋ ਉਹਨਾਂ ਦੇ ਕੋਲ ਗੁਰਬਾਣੀ ਤੋਂ ਇਲਾਵਾ ਜੇਕਰ ਦੇਖੀਏ ਕੰਟੈਂਟ ਜਿਹੜਾ ਹੈ ਉਹ ਗੀਤ ਸੰਗੀਤ ਜਾਂ ਫਿਰ ਜਿਹੜੇ ਸੀਰੀਅਲ ਨਾਟਕ ਚੱਲਦੇ ਨੇ ਇਹੀ ਹੁੰਦਾ ਹੈ, ਸੋ ਜ਼ਿਆਦਾ ਕੁਛ ਨਹੀਂ ਹੁੰਦਾ, ਜਾਂ ਫਿਰ ਖਬਰਾਂ ਖੁਬਰਾਂ ਹੁੰਦੀਆਂ। ਸੋ ਜੇ ਹੁਣ ਪੀਟੀਸੀ ਦੇ ਵਿੱਚੋਂ ਆਪਾਂ ਗੁਰਬਾਣੀ ਕੱਢ ਦਈਏ ਤਾਂ ਪਿੱਛੇ ਇਹੀ ਚੀਜ਼ਾਂ ਰਹਿ ਜਾਂਦੀਆਂ ਜਿਹੜੀਆਂ ਆਮ ਚੈਨਲਾਂ ਦੇ ਉੱਤੇ ਚੱਲਦੀਆਂ ਨੇ। ਸੋ ਮਸਲਾ ਉਸ ਵੇਲੇ ਵੀ ਬਣ ਗਿਆ ਜਦੋਂ ਪਤਾ ਲੱਗਦਾ ਲੋਕਾਂ ਨੂੰ ਕਿ ਇਹ ਚੈਨਲ ਜਿਹੜੇ ਨੇ ਔਨ ਕਰਦੇ ਨੇ ਸੁਖਬੀਰ ਸਿੰਘ ਬਾਦਲ ਹੋਰੀ। ਸੋ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜੋ ਹੈ ਇਹ ਇਸ ਦੇ ਨਾਲ ਜਿਹੜੀ ਕਹਿ ਲਈਏ ਕਿ ਪੰਜਾਬੀਆਂ ਦੀ ਖਾਸ ਤੌਰ 'ਤੇ ਸਿੱਖਾਂ ਦੀ ਖੜਕਣੀ ਸ਼ੁਰੂ ਜਿਹੜੀ ਹੈ ਲੰਬੇ ਸਮੇਂ ਤੋਂ ਹੋਈ ਹੋਈ ਹੈ ਬਹੁਤ ਸਾਰੇ ਸਿੱਖ ਮਸਲਿਆਂ ਦੇ ਉੱਤੇ। ਉਸ ਤੋਂ ਬਾਅਦ ਇਹ ਰੌਲਾ ਜਿਹੜਾ ਸਮੇਂਦਰ ਸਮੇਂ ਪੈਂਦਾ ਰਿਹਾ। ਹੁਣ ਗੱਲ ਇਹ ਹੁੰਦੀ ਹੈ, ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਮਸਲਾ ਜਿਹੜਾ ਬਣਾਇਆ ਗਿਆ ਤੇ ਹੁਣ ਐਕਟ ਲਿਆਂਦਾ ਗਿਆ ਲਿਆਉਣ ਦੀ ਤਿਆਰੀ ਹੈਗੀ ਹੈ। ਸੋ ਇਹ ਕਿਉਂ ਬਣਾਇਆ ਗਿਆ, ਇਹਦੇ ਪਿੱਛੇ ਖਾਸ ਵਜ੍ਹਾ, ਗੁਰਬਾਣੀ ਦੀ ਵਜ੍ਹਾ ਤਾਂ ਘੱਟ ਹੈ ਪਰ ਇਹਦੇ ਵਿੱਚ ਪੋਲੀਟੀਕਲ ਏਜੰਡੇ ਜਿਹੜੇ ਨੇ ਉਹ ਸਾਫ਼ ਝਲਕਦੇ ਆ। ਹੁਣ ਕਿਵੇਂ, ਹੁਣ ਪੰਜਾਬ ਦੇ ਵਿੱਚ ਤਿੰਨ ਪਾਰਟੀਆਂ ਮੰਨ ਲਈਏ ਆਪਾਂ, ਇੱਕ ਅਕਾਲੀ ਦਲ ਹੋ ਗਈ, ਦੂਸਰੀ ਕਾਂਗਰਸ, ਤੀਸਰੀ ਆਮ ਆਦਮੀ ਪਾਰਟੀ। ਸੋ ਇੱਕ ਅਕਾਲੀ ਦਲ ਬਾਦਲ ਜਿਹੜੀ ਹੈ ਉਹਨਾਂ ਦੇ ਕੋਲ ਇੱਕ ਆਪਣਾ ਵੱਡਾ ਨੈਟਵਰਕ ਹੋਵੇ, ਅੱਜ ਪੀਟੀਸੀ ਪੰਜਾਬੀ ਸਿਰਫ ਨੈਟਵਰਕ ਨਹੀਂ ਹੈ, ਉਹਨਾਂ ਦੇ ਕੋਲ ਹੋਰ 10-15 ਚੈਨਲਸ ਹੈਗੇ ਆ। ਸੋ ਇੱਕ ਪਾਰਟੀ ਜਿਹੜੀ ਹੈ ਵੱਡਾ ਨੈਟਵਰਕ ਰਨ ਕਰਦੀ ਹੋਵੇ, ਕਿਉਂਕਿ ਅੱਜ ਸਮਾਂ ਉਹ ਹੈ ਜਿਹਦੇ ਕੋਲ ਨੈਟਵਰਕ, ਸੋਸ਼ਲ ਮੀਡੀਆ ਜਾਂ ਫਿਰ ਟੀਵੀ ਚੈਨਲਸ, ਲੋਕਾਂ ਤੱਕ ਪਹੁੰਚ ਦਾ ਕੇਂਦਰ ਹੈ, ਤਾਂ ਉਹ ਪਾਰਟੀ ਜਿਹੜੀ ਹੈ ਵਧੀਆ ਤਰੀਕੇ ਨਾਲ ਰਨ ਹੋ ਸਕਦੀ ਹੈ, ਕਿਉਂਕਿ ਆਪਣਾ ਪ੍ਰਚਾਰ, ਆਪਣੀ ਐਡਵਰਟਾਈਜ਼ਮੈਂਟ ਜੋ ਪਰੋਸਣਾ ਪਰੋਸੀ ਜਾਓ। ਸੋ ਇੱਕ ਬਹੁਤ ਵੱਡਾ ਇੱਕ ਸਕੋਪ ਜਿਹੜਾ ਹੈ ਉਹ ਆਮ ਜਿਹੜੀ ਅਕਾਲੀ ਦਲ ਦੇ ਕੋਲ ਸੀ ਜਾਂ ਹੈ ਵੀ ਹੈ। ਸੋ ਇੱਕ ਦੂਸਰੇ ਪਾਸੇ ਕਾਂਗਰਸ ਹੈ, ਕਾਂਗਰਸ ਦੇ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਵੀ ਇਹ ਲੱਗਦਾ ਰਿਹਾ ਕਿ ਪੰਜਾਬ ਟੂਡੇ ਚੈਨਲ ਜਿਹੜਾ ਉਹਨਾਂ ਦਾ, ਪਰ ਮੇਰੇ ਕੋਲ ਸਬੂਤ ਨਹੀਂ ਹੈ ਇਸ ਕਰਕੇ ਮੈਂ ਠੋਕ ਵਜਾ ਕੇ ਇਹ ਗੱਲ ਨਹੀਂ ਕਹਿ ਸਕਦਾ, ਪਰ ਇਹ ਕਿਹਾ ਜਾਂਦਾ ਰਿਹਾ। ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਤੇ ਪੰਜਾਬ ਦੇ ਬਹੁਤ ਸਾਰੇ ਚੈਨਲ ਨੇ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਨੇ,
ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਹੁਣ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਹੁਣ ਅਕਾਲੀ ਦਲ ਬਾਦਲ ਜਿਹੜਾ ਉਹ 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 ਇਕੱਲਾ ਦੋਸ਼ੀ ਹੈ, ਮਤਲਬ ਇਹ ਹੁਣ ਸਵਾਲ ਇਹ ਵੀ ਉੱਠਦਾ ਕਿ ਉਹ ਗੁਰਬਾਣੀ ਕਰਕੇ ਜਾਂ ਫਿਰ ਉਹਨਾਂ ਦਾ ਇੱਕ ਨੈਟਵਰਕ ਹੈ ਉਹਨੂੰ ਉਹਦੇ ਕਰਕੇ ਉਹਨਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ, ਤੇ ਦੂਸਰੇ ਪਾਸੇ ਹੁਣ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਤਾਂ ਲਗਭਗ ਸਾਰੇ ਚੈਨਲ ਜਿਹੜੇ ਆਪਣੇ ਅੰਡਰ ਕੀਤੇ ਹੋਏ ਇਹਦੇ ਸਬੂਤ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਦਿੰਦੇ ਨੇ, ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਇੱਕ ਪ੍ਰੈਸ ਕਾਨਫਰੰਸ ਸੀ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਤਕਰੀਬਨ ਸਾਲ ਕੁ ਪਹਿਲਾਂ ਦੀ ਗੱਲ ਹੈ, ਤੇ ਉਹ ਪ੍ਰੈਸ ਕਾਨਫਰੰਸ ਨੂੰ ਅਟੈਂਡ ਕਰਨ ਦੇ ਲਈ ਪ੍ਰੈਸ ਜਿਹੜੀ ਹੈ ਜਾ ਰਹੀ ਸੀ, ਤੇ ਉਹਨਾਂ ਨੂੰ ਕੋਈ ਵੱਡੇ ਬੰਦੇ ਦੇ ਕਿਸੇ ਵੱਡੇ ਸ਼ਖਸ ਦੇ ਜਿਹੜੀ ਸੱਤਾ ਦੇ ਵਿੱਚ ਪਾਰਟੀ ਆਮ ਆਦਮੀ ਹੈ ਕਹਿੰਦੇ ਆ ਕਿ ਉਹਨਾਂ ਵੱਲੋਂ ਫੋਨ ਕੀਤਾ ਜਾਂਦਾ ਕਿ ਤੁਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਨੂੰ ਕਵਰ ਨਹੀਂ ਕਰਨਾ। ਤਾਂ ਬਹੁਤ ਸਾਰੀਆਂ ਪ੍ਰੈਸ ਵਾਲੇ ਜਿਹੜੇ ਸੀਗੇ ਉੱਥੋਂ ਰਸਤੇ 'ਚੋਂ ਵਾਪਸ ਹੋ ਗਏ, ਕੁਛ ਮੌਕੇ 'ਤੇ ਪਹੁੰਚੇ ਹੋਏ ਵਾਪਸ ਜਿਹੜੇ ਹੋ ਗਏ। ਸੋ ਇਹਦੇ ਨਾਲ ਨਾਲ ਆਪਾਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਚੈਨਲਸ ਜਿਹੜੇ ਨੇ ਉਹਨਾਂ ਨੂੰ ਡਿਲੀਟ ਵੀ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ, ਤੇ ਜਿਹੜੇ ਪੰਜਾਬ ਸਰਕਾਰ ਦੀ ਗੱਲ ਕਰਦੇ ਸੀ ਉਹ ਚੈਨਲ ਹੀ ਅੱਜ ਜਿਹੜੇ ਚੱਲ ਰਹੇ ਨੇ, ਕੁਛ ਦੁਬਾਰਾ ਜਿਹੜੇ ਨੇ ਲਿਆਂਦੇ ਗਏ, ਮਤਲਬ ਕਿ ਦੁਬਾਰਾ ਚਲਾ ਦਿੱਤੇ ਗਏ ਜਿਹੜੇ ਸਰਕਾਰ ਪੱਖੀ ਖਬਰਾਂ ਜਿਹੜੀਆਂ ਉਹ ਲਿਆਂਦੇ ਆ। ਸੋ ਇੱਕ ਅੱਜ ਦਾ ਵੱਡਾ ਵੈਬ ਚੈਨਲ ਹੈ, ਨਾਮ ਲਏ ਤੋਂ ਬਿਨਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ। ਸੋ ਉਹਨਾਂ ਦੇ ਉੱਤੇ ਵੀ ਇਹ ਵੱਡੇ ਐਲੀਗੇਸ਼ਨ ਨੇ ਕਿ ਉਹ ਅੱਜ ਦੀ ਸਰਕਾਰ ਜਿਹੜੀ ਹੈ ਉਹਨੂੰ ਰਨ ਕਰਦੀ ਹੈ, ਉਹਨੂੰ ਚਲਾਉਂਦੀ ਹੈ, ਉਹਨਾਂ ਦੇ ਹਿਸਾਬ ਦੀਆਂ ਖਬਰਾਂ, ਤੇ ਆਮ ਆਦਮੀ ਪਾਰਟੀ ਯਾਨੀ ਕਿ ਅੱਜ ਦੀ ਸਰਕਾਰ ਉਹਨੂੰ ਸੱਤਾ ਦੇ ਵਿੱਚ ਲਿਆਉਣ ਲਈ ਵੀ ਉਸ ਚੈਨਲ ਦਾ ਬਹੁਤ ਵੱਡਾ ਹੱਥ ਰਿਹਾ। ਹੁਣ ਗੱਲ ਫਿਰ ਉੱਥੇ ਲੈ ਕੇ ਆਈਏ ਕਿ PTC ਚੁੱਭਦਾ, ਮਤਲਬ ਕਿ ਕਿਉਂਕਿ ਉਹ ਅਕਾਲੀਆਂ ਦਾ, ਅਸੀਂ ਸਹਿਮਤ ਨਹੀਂ ਉਹਦੇ ਨਾਲ ਕਿ ਕਿਉਂ ਹੈ, ਕਿਉਂਕਿ ਮੇਰੇ ਸੋਚ ਦੇ ਮੁਤਾਬਕ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ, ਜਿਹੜੀ ਪਾਰਟੀ ਹੈ ਕੋਈ ਵੀ ਪਾਰਟੀ ਹੈ ਰਾਜਨੀਤਿਕ ਪਾਰਟੀ ਉਹਨਾਂ ਦੇ ਆਪਣੇ ਨੈਟਵਰਕ ਨਹੀਂ ਹੋਣੇ ਚਾਹੀਦੇ, ਉਹਨਾਂ ਨੂੰ ਅਥਾਰਟੀ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਲੀਗਲੀ ਇਹ ਕਾਨੂੰਨ ਇਹ ਟਰਮਸ ਹੋਣੀਆਂ ਚਾਹੀਦੀਆਂ ਕਿ ਕੋਈ ਵੀ ਪੋਲੀਟੀਕਲ ਬੰਦਾ ਆਪਣਾ ਨੈਟਵਰਕ ਰਨ ਨਹੀਂ ਕਰ ਸਕਦਾ, ਭਾਵੇਂ ਅਕਾਲੀ ਦਲ ਹੈ ਭਾਵੇਂ ਆਮ ਆਦਮੀ ਪਾਰਟੀ ਹੈ। ਪਰ ਹੋ ਤਾਂ ਇਹਦੇ ਤੋਂ ਉਲਟ ਰਿਹਾ, ਪਹਿਲਾਂ ਰਾਜਨੀਤੀ ਸਾਫ਼ ਸੁਥਰੀ ਹੁੰਦੀ ਸੀ, ਇਹ ਚੀਜ਼ਾਂ ਨਹੀਂ ਸੀ ਹੁੰਦੀਆਂ, ਇਨਫਲੂਐਂਸ ਜਿਹੜਾ ਹੈ ਉਹ ਕਿਸੇ ਵੀ ਸਰਕਾਰ ਮੀਡੀਆ ਅਧਾਰੇ 'ਤੇ ਨਹੀਂ ਸੀ ਹੁੰਦਾ। ਪਰ ਅੱਜ ਕੁਛ ਪਾਰਟੀਆਂ ਤਾਂ ਆਪਣੇ ਚੈਨਲ ਰਨ ਕਰ ਰਹੀਆਂ ਅਤੇ ਕੁਛ ਡਰਾ ਧਮਕਾ ਕੇ ਆਪਣੇ ਅੰਡਰ ਜਿਹੜੇ ਕਰ ਰਹੀਆਂ। ਹੁਣ ਨੈਸ਼ਨਲ ਲੈਵਲ 'ਤੇ ਵੀ ਤਾਂ ਇਹੀ ਰੌਲਾ ਨਾ, ਮੋਦੀ ਸਰਕਾਰ ਦੇ ਉੱਤੇ ਵੀ ਗੋਦੀ ਮੀਡੀਆ, ਇਹ ਸ਼ਬਦ ਕਿੱਥੋਂ ਨਿਕਲਿਆ, ਇੱਥੋਂ ਹੀ ਨਿਕਲਿਆ ਕਿ ਨੈਸ਼ਨਲ ਚੈਨਲ ਜਿਹੜੇ ਨੇ ਉਹ ਮੋਦੀ ਸਰਕਾਰ ਦੀ ਬੋਲੀ ਬੋਲਦੇ ਨੇ। ਤੁਸੀਂ ਦੇਖਿਆ ਹੋਣਾ ਕਿਵੇਂ ਜਿਹੜੀਆਂ ਉਹਨਾਂ ਦੀਆਂ ਲੜਕੀਆਂ ਨੇ, ਪੱਤਰਕਾਰ ਲੜਕੀਆਂ, ਉਹ ਕਿਵੇਂ ਸਕਰੀਨ ਦੇ ਉੱਤੇ ਆ ਕੇ ਚੀਕ ਝੇੜਾ ਪਾਉਂਦੀਆਂ, ਸੋ ਕਿੰਨੇ ਨਾਟਕ ਕਰਦੀਆਂ, ਕਿੰਨੇ ਪਖੰਡ ਕਰਦੀਆਂ, ਮੋਦੀ ਹੈ ਤੋ ਮੁਮਕਿਨ ਹੈ, ਮੋਦੀ ਸਾਰੇ ਦੇਸ਼ ਕਾ ਬਾਪ ਹੈ, ਵਗੈਰਾ ਵਗੈਰਾ ਬਹੁਤ ਸਾਰੇ ਏਜੰਡੇ ਉਹ ਚਲਾਉਂਦੇ ਨੇ। ਸੋ ਨੈਸ਼ਨਲ ਮੀਡੀਆ ਹੋ ਗਿਆ ਉਹਨਾਂ ਦਾ, ਉਹ ਆਪਣੇ ਏਜੰਡੇ ਥੋਪਣ ਲਈ ਉਹਨੂੰ ਯੂਜ਼ ਕਰਦੇ ਨੇ। ਹੁਣ ਗੱਲ ਪੰਜਾਬ ਦੀ ਕਰ ਲਈਏ, ਆਪਾਂ ਬਾਕੀ ਸਟੇਟਾਂ ਦੀ ਰਹਿਣ ਵੀ ਰਹੀਏ ਕਿਉਂਕਿ ਇੰਡੀਆ ਬਹੁਤ ਵੱਡਾ ਹੈ। ਸੋ ਪੰਜਾਬ ਦੀ ਗੱਲ ਕਰ ਲਈਏ, ਪੰਜਾਬ 'ਚ ਇੱਕ ਨੈਟਵਰਕ ਚਲਾ ਰਹੇ ਨੇ ਆਪਣੇ ਭਾਈ ਅਕਾਲੀ ਦਲ ਵਾਲੇ, ਉਹ ਉਹਨਾਂ ਦਾ ਵੀ ਵੱਡਾ ਹੁਣ ਇੱਕ ਨੈਟਵਰਕ ਹੈ, ਉਹ ਇੱਕ ਗੁਰਬਾਣੀ ਵਾਲਾ ਹੀ ਖੋਲ੍ਹ ਦਿੱਤਾ ਉਹਨਾਂ ਨੇ, ਇੱਕ ਖਬਰਾਂ ਵਾਲਾ ਹੀ ਚੱਲੀ ਜਾਊਗਾ, ਇੱਕ ਹੋਰ ਅਤੇ ਹੋਰ ਬਹੁਤ ਸਾਰੇ ਨੈਟਵਰਕ ਨੇ, ਅੱਜ ਬਹੁਤ ਮਜ਼ਬੂਤ ਨੈਟਵਰਕ ਹੈ PTC ਦਾ ਆਪਾਂ ਕਹਿ ਲਈਏ। ਸੋ ਇਹ ਉਹਨਾਂ ਦਾ ਹੋ ਗਿਆ। ਹੁਣ ਕਾਂਗਰਸ ਬਾਰੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਉਹ ਵੀ ਹੈਗੀ ਹੈ, ਪਰ ਤੀਸਰੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਵੀ ਪੰਜਾਬ ਦੇ ਸਾਰੇ ਮੀਡੀਆ ਦੇ ਉੱਤੇ ਪ੍ਰਭਾਵ ਜਿਹੜਾ ਬਣਾਉਂਦੀ ਹੈ, ਇਹ ਗੱਲਾਂ ਜੱਗ ਜਾਹਰ ਨੇ। ਸੁਖਪਾਲ ਸਿੰਘ ਖਹਿਰਾ ਅਜੇ ਪਰਸੋਂ ਇੱਕ ਪੱਤਰਕਾਰ ਦੇ ਨਾਲ ਉਹਨਾਂ ਦੀ ਖੜਕੀ ਹੈ ਅਤੇ ਉੱਥੇ ਗੱਲਬਾਤ ਹੋਈ ਹੈ। ਹੁਣ ਆਮ ਆਦਮੀ ਪਾਰਟੀ ਜੋ ਚਾਹੁੰਦੀ ਹੈ ਕਿ ਅਕਾਲੀ ਦਲ ਯਾਨੀ ਕਿ ਜਿਹੜਾ ਸੁਖਬੀਰ ਬਾਦਲ ਦੀ ਔਨ ਕੀਤਾ ਹੋਇਆ ਚੈਨਲ ਹੈ PTC, ਉਹਦੇ ਤੋਂ ਗੁਰਬਾਣੀ ਹਟਾਈ ਜਾਵੇ, ਯਾਨੀ ਕਿ ਹਟਾਈ ਨਾ ਵੀ ਜਾਵੇ ਪਰ ਉਹ ਕਹਿੰਦੇ ਕਿ ਸਾਰਿਆਂ ਨੂੰ ਹੱਕ ਹੋਵੇ। ਸੋ ਸਾਰਿਆਂ ਨੂੰ ਹੱਕ ਹੋਣ ਦਾ ਮਤਲਬ ਵੀ ਇਹ ਹੈ ਕਿ ਇਹਨਾਂ ਦਾ ਪ੍ਰਭਾਵ ਘੱਟ ਜਾਏਗਾ ਅਤੇ ਬਾਕੀ ਵੀ ਬਰਾਬਰ ਹੋ ਜਾਣਗੇ। ਸੋ PTC ਦਾ ਪ੍ਰਭਾਵ ਘਟਾ ਦਈਏ। ਹੁਣ PTC ਵੀ ਦੁੱਧ ਧੋਤਾ ਨਹੀਂ ਹੈ, ਕਿਉਂ? ਕਿਉਂਕਿ ਤੁਸੀਂ ਉਹਨਾਂ ਦੀਆਂ ਜੇਕਰ ਨਿਊਜ਼ ਦੇਖਦੇ ਹੋ, ਖਬਰਾਂ ਦੇਖਦੇ ਹੋ, ਤਾਂ ਉਹਦੇ ਵਿੱਚ ਬਹੁਤ ਸਾਰਾ ਪ੍ਰਭਾਵ ਜਿਹੜਾ ਹੈ ਉਹ ਅਕਾਲੀ ਦਲ ਦਾ ਹੀ ਹੁੰਦਾ ਹੈ। ਮਤਲਬ ਅਕਾਲੀਆਂ ਨੂੰ ਕੋਈ ਸਵਾਲ ਨਹੀਂ ਹੁੰਦਾ, ਬਾਕੀਆਂ ਨੂੰ ਦੂਜਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ। ਹੁਣ ਪਿਛਲੇ ਦਿਨੀਂ ਆਪਾਂ ਗੱਲ ਕਰਦੇ ਹਾਂ ਕਿ ਪੰਥਕ ਚੈਨਲ ਹੈ, ਗੁਰਬਾਣੀ ਪ੍ਰਸਾਰਣ ਹੁੰਦੀ ਹੈ। ਹੁਣ ਤੁਹਾਨੂੰ ਮੈਂ ਉਦਾਹਰਣ ਦੇ ਦਿੰਦਾ, ਤਾਜ਼ੀ ਉਦਾਹਰਣ ਆਪਾਂ ਇਹੀ ਸਮਝਦੇ ਹਾਂ ਨਾ ਵੀ ਇੱਕ ਪੰਥਕ ਚੈਨਲ ਹੈ ਜਿਹਦੇ ਉੱਤੇ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਹੈ ਸ਼੍ਰੀ ਦਰਬਾਰ ਸਾਹਿਬ ਤੋਂ। ਆਪਾਂ ਇਸ ਚੈਨਲ ਤੋਂ ਕੀ ਉਮੀਦ ਰੱਖ ਸਕਦੇ ਹਾਂ, ਕੀ ਉਮੀਦ ਰੱਖ ਸਕਦੇ ਹਾਂ? ਆਪਾਂ ਇਹੀ ਹੈ ਨਾ ਕਿ ਇੱਕ ਪੰਥਕ ਚੈਨਲ ਹੈ, ਵੀ ਪੰਥਕ ਬੰਦਿਆਂ ਦਾ, ਚਲੋ ਭਾਵੇਂ ਸੁਖਬੀਰ ਬਾਦਲ ਦਾ ਹੀ ਹੈ, ਇਸ ਗੱਲ ਨੂੰ ਪਾਸੇ ਵੀ ਰੱਖ ਦਈਏ ਕਿ ਉਹ ਪੋਲੀਟੀਕਲ ਬੰਦੇ ਨੇ, ਸੁਖਬੀਰ ਬਾਦਲ ਹੈ ਤਾਂ ਸਿੱਖ ਹੈ ਨਾ, ਪੰਥਕ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ। ਸੋ ਆਪਾਂ ਕੁਛ ਵੀ ਕਹਿ ਲਈਏ ਭਾਈ ਪੰਥਕ ਚੈਨਲ ਹੈ, ਆਪਾਂ ਇਹ ਮੰਨ ਕੇ ਚੱਲੀਏ। ਹੁਣ ਪਿਛਲੇ ਦਿਨੀ ਕੀ ਹੋਇਆ, ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਕਤਲ ਹੋ ਗਿਆ, ਜੋ ਕਿ ਬਹੁਤ ਮਾੜੀ ਗੱਲ ਹੈ, ਕਿਸੇ ਦਾ ਵੀ ਕਤਲ ਨਹੀਂ ਹੋਣਾ ਚਾਹੀਦਾ ਦੁਨੀਆ ਦੇ ਵਿੱਚ, ਉਹਨੂੰ ਕਾਨੂੰਨ ਮੁਤਾਬਕ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਜੇਕਰ ਉਹ ਕੋਈ ਦੋਸ਼ੀ ਹੈ।
ਸੋ ਜੇਕਰ ਕੈਨੇਡਾ ਦੇ ਵਿੱਚ ਉਹਨਾਂ ਦੇ ਦੋਸ਼ ਸਾਬਤ ਹੈ ਤਾਂ ਉਹਨਾਂ ਨੂੰ ਕੈਨੇਡਾ ਆਪਣੇ ਹਿਸਾਬ ਦੇ ਨਾਲ ਟੈਕਲ ਕਰੇ, ਜੇ ਇੰਡੀਆ ਦੇ ਵਿੱਚ ਕੋਈ ਦੋਸ਼ੀ ਹੈ ਤਾਂ ਉਹਨੂੰ ਇੰਡੀਆ ਆਪਣੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਨਾਲ ਟੈਕਲ ਕਰੇ। ਸੋ ਜਦੋਂ ਉਹਨਾਂ ਦਾ ਕਤਲ ਹੋ ਜਾਂਦਾ ਹੈ ਤਾਂ ਪੀਟੀਸੀ ਨੈਟਵਰਕ ਆਪਣੀਆਂ ਪੋਸਟਾਂ ਪਾ ਕੇ ਲਿਖਦਾ ਹੈ, ਭਗੌੜਾ ਅੱਤਵਾਦੀ ਹਰਦੀਪ ਨਿੱਜਰ। ਮਤਲਬ ਪੰਥਕ ਚੈਨਲ ਤੋਂ ਤੁਸੀਂ ਖਬਰਾਂ ਦੀ ਜਿਹੜੀ ਉਹ ਦੇਖ ਲਓ ਵੀ ਕਿਹੋ ਜਿਹੀ ਨੀਚਤਾ ਵਾਲੀ ਸ਼ਬਦ ਜਿਹੜੇ ਨੇ ਉਹ ਸਿੱਖਾਂ ਲਈ ਲਿਖੇ ਜਾ ਰਹੇ ਨੇ। ਇੱਕ ਗੁਰਦੁਆਰੇ ਦਾ ਪ੍ਰਧਾਨ ਹੈ ਹਰਦੀਪ ਸਿੰਘ ਨਿੱਜਰ, ਉਹਦੇ ਬਾਰੇ ਲਿਖਿਆ ਜਾ ਰਿਹਾ ਭਗੌੜਾ ਅੱਤਵਾਦੀ। ਠੀਕ ਹੈ ਜੀ, ਇਹ ਸ਼ਬਦ ਜਿਹੜੇ ਨੇ ਪੀਟੀਸੀ ਲਿਖਦਾ, ਇਹ ਨਵੀਂ ਗੱਲ ਨਹੀਂ ਹੈ। ਅਕਸਰ ਹੀ ਸਿੱਖਾਂ ਦੇ ਉੱਤੇ ਜਾਂ ਸਿੱਖ ਜੁਝਾਰੂਆਂ ਦੇ ਬਾਰੇ ਇਹੋ ਜਿਹੇ ਸ਼ਬਦ ਜਿਹੜੇ ਨੇ ਪੀਟੀਸੀ ਦੇ ਉੱਤੇ ਵਰਤੇ ਜਾਂਦੇ ਨੇ। ਸੋ ਫਿਰ ਉਹ ਗੁਰਬਾਣੀ ਚਲਾਉਣ ਦਾ ਢੌਂਗ ਕਰਦੇ ਨੇ। ਫਿਰ ਇਹੀ ਕਵਾਂਗੇ ਨਾ ਆਪਾਂ ਵੀ ਇੱਕ ਪਾਸੇ ਤਾਂ ਤੁਸੀਂ ਸਵੇਰੇ ਸ਼ਾਮ ਗੁਰਬਾਣੀ ਚਲਾਉਂਦੇ ਹੋ, ਕਦੇ ਪੀਟੀਸੀ ਨੇ ਲਿਖਿਆ ਕਿਸੇ ਐਸੇ ਬੰਦੇ ਨੂੰ ਜਿਹੜਾ ਕਿਸੇ ਹੋਰ ਧਰਮ ਦਾ ਹੋਵੇ, ਆਪਾਂ ਫੋਰ ਐਗਜ਼ਾਮਪਲ ਕਹਿ ਲਈਏ ਕਿ ਕੋਈ ਹਿੰਦੂ ਧਰਮ ਦੇ ਵਿੱਚ ਹੀ ਕੋਈ ਟੈਰਰਿਸਟ ਐਕਟੀਵਿਟੀਆਂ ਕਰਦਾ ਹੋਵੇ, ਕਦੀ ਲਿਖਿਆ ਪੀਟੀਸੀ ਨੇ ਹਿੰਦੂ ਅੱਤਵਾਦੀ? ਅੱਜ ਤੱਕ ਉਹ ਸ਼ਬਦ ਉਹਨਾਂ 'ਚ ਹਿੰਮਤ ਹੀ ਨਹੀਂ ਹੈ ਕਿ ਇਹ ਸ਼ਬਦ ਯੂਜ਼ ਕਰ ਲੈਣ, ਪਰ ਸਿੱਖਾਂ ਵਾਰੀ ਉਹਨਾਂ ਦੇ ਕੋਲ ਇਹ ਹੁੰਦਾ ਕਿਉਂਕਿ ਜ਼ਹਿਰ ਹੈ ਅੰਦਰ। ਗੁਰਬਾਣੀ ਸਿਰਫ ਇੱਕ ਦਿਖਾਵੇ ਦੇ ਲਈ ਹੈ, ਇੱਕ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਹੈ ਕਿ ਸਾਡੀ ਵਿਵਰਸ਼ਿਪ ਵਧੇ, TRP ਵਧੇ, ਉਹਦੇ ਨਾਲ ਫਿਰ ਆਪਣੇ ਏਜੰਡੇ ਅਸੀਂ ਥੋਪਦੇ ਰਹੀਏ। ਸੋ ਇਹਦੇ ਵਿੱਚ ਕੋਈ ਵੀ ਪੰਥਕ ਵਾਲੀ ਗੱਲ ਨਹੀਂ, ਪੰਥ ਵਾਲੀ ਗੱਲ ਨਹੀਂ ਹੈਗੀ, ਸਿਰਫ ਗੁਰਬਾਣੀ ਦਿਖਾਉਣ ਕਰਕੇ। ਕਿਉਂਕਿ ਹੁਣ ਬਹੁਤ ਸਾਰੇ ਬਜ਼ੁਰਗ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਪੰਜਾਬ 'ਚ, ਦੂਸਰੀਆਂ ਸਟੇਟਾਂ 'ਚ, ਆਪਾਂ ਕਹਿ ਲਈਏ ਬੰਬੇ, ਮੁੰਬਈ ਜਾਂ ਆਪਾਂ ਹੋਰ ਕਲਕੱਤਾ, ਜਿਹੜੀ ਮਰਜ਼ੀ ਸਟੇਟ ਦੀ ਤੁਸੀਂ ਗੱਲ ਕਰ ਲਓ, ਉੱਥੇ ਲੋਕ ਪੀਟੀਸੀ ਚੈਨਲ ਜਿਹੜਾ ਉਹ ਕਿਉਂ ਚਲਾਉਂਦੇ ਨੇ? ਕਿਉਂ? ਕਿਉਂਕਿ ਸਵੇਰੇ ਸ਼ਾਮ ਗੁਰਬਾਣੀ ਆਉਂਦੀ ਹੈ, ਉਹਨਾਂ ਦੀ ਲਿਸਟ 'ਚ ਸ਼ਾਮਿਲ ਹੋ ਜਾਂਦਾ, ਕਿਉਂਕਿ ਉਹ ਕਹਿੰਦੇ ਨੇ ਆਪਣੇ ਕੇਬਲ ਓਪਰੇਟਰ ਨੂੰ ਕਿ ਸਾਨੂੰ ਪੀਟੀਸੀ ਚਾਹੀਦਾ। ਚਾਹੀਦਾ ਕਿਉਂ ਆ? ਕਿਉਂਕਿ ਗੁਰਬਾਣੀ ਚਾਹੀਦੀ ਹੈ। ਹੁਣ ਉਹ ਗੁਰਬਾਣੀ ਕਰਕੇ ਉਹਨਾਂ ਦੀ ਲਿਸਟ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਪੀਟੀਸੀ ਚੱਲਣ ਲੱਗ ਪਿਆ। ਹੁਣ ਉਹ ਗੁਰਬਾਣੀ ਤੋਂ ਬਾਅਦ ਕੀ ਏਜੰਡਾ ਥੋਪ ਰਹੇ ਨੇ ਤੇ ਉਹ ਉਹ ਲੋਕਾਂ ਨੂੰ ਪ੍ਰਭਾਵ ਵੀ ਕਰ ਰਿਹਾ। ਕਿਉਂ? ਕਿਉਂਕਿ ਇੱਕ TV, ਇੱਕ ਸਿਨੇਮਾ, ਇੱਕ ਸਕਰੀਨ ਇਹੋ ਜਿਹਾ ਮਾਧਿਅਮ ਹੈ ਜਿਹੜਾ ਲੋਕਾਂ ਨੂੰ ਇਨਫਲੂਐਂਸ ਕਰਦਾ, ਲੋਕਾਂ ਦੀ ਸੋਚ ਬਦਲ ਦਿੰਦਾ, ਲੋਕਾਂ ਦਾ ਧਿਆਨ ਬਦਲ ਦਿੰਦਾ, ਲੋਕਾਂ ਨੂੰ ਤੇ ਮਤਲਬ ਕਿ ਆਪਣੇ ਇਹ ਕਹਿ ਲਈਏ ਵੀ ਬੁਰੇ ਪਾਸੇ ਵੀ ਤੋਰ ਦਿੰਦਾ, ਚੰਗੇ ਪਾਸੇ ਉੱਧਰ ਵੀ ਕਹਿ ਲਈਏ। ਸੋ TV ਸਕਰੀਨ ਸਿਨੇਮਾ ਜਿਹੜਾ ਹੈ ਉਹ ਲੋਕਾਂ ਦੇ ਉੱਤੇ ਪ੍ਰਭਾਵ ਪਾਉਂਦਾ ਹੈ, ਇਹ ਗੱਲ ਸਪਸ਼ਟ ਹੈ। ਸੋ ਹੁਣ ਮੈਂ ਫਿਰ ਉੱਥੇ ਆਵਾਂ ਕਿਉਂਕਿ ਕਈ ਵਾਰੀ ਗੱਲ ਟੁੱਟ ਜਾਂਦੀ ਹੈ ਤੇ ਫਿਰ ਉੱਥੋਂ ਫੜ ਨਹੀਂ ਹੁੰਦੀ। ਸੋ ਹੁਣ ਜਿਹੜੇ ਘਰਾਂ ਦੇ ਵਿੱਚ ਪੀਟੀਸੀ ਗੁਰਬਾਣੀ ਕਰਕੇ ਚੱਲਿਆ, ਉਹਨਾਂ ਘਰਾਂ ਦੇ ਵਿੱਚ ਨਾਲ ਹੀ ਏਜੰਡਾ ਚੱਲਣ ਲੱਗ ਪਿਆ ਪੀਟੀਸੀ ਦਾ ਜੋ ਉਹ ਫੈਲਾਉਂਦੇ ਨੇ। ਠੀਕ ਹੈ ਜੀ, ਇਹ ਫਿਰ ਉਹ ਲੋਕਾਂ ਦੇ ਉੱਤੇ ਪ੍ਰਭਾਵ। ਸੋ ਉਹਦੇ ਨਾਲ ਕੀ ਹੁੰਦਾ, ਅਕਾਲੀ ਦਲ ਆਪਣੀ ਛਵੀ ਨਿਖਾਰਦਾ, ਆਪਣੀ ਪਾਰਟੀ ਦੇ ਏਜੰਡੇ ਥੋਪਦਾ ਕਿ ਅਸੀਂ ਹਾਂ, ਬਾਕੀ ਕੋਈ ਗੱਲ ਨਹੀਂ। ਹੁਣ ਤੁਸੀਂ ਦੇਖੋ ਵੋਟਾਂ ਵੇਲੇ ਐਡਵਰਟਾਈਜ਼ਮੈਂਟ ਚੱਲਦੀਆਂ ਕਿ ਸਾਡੇ ਬਾਦਲ ਸਾਹਿਬ ਨੇ ਆਹ ਕਰ ਦਿੱਤਾ। ਹੁਣ ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ ਵੀ ਇਹਦੇ ਵਿੱਚ ਬਰਾਬਰ ਹੈ, ਸਰਕਾਰੀ ਬੱਸਾਂ ਦੇ ਪਿੱਛੇ ਤੁਸੀਂ ਦੇਖਿਆ ਹੋਣਾ ਇਹਨਾਂ ਦੇ ਵੀ ਵੱਡੇ ਵੱਡੇ ਬੈਨਰ, ਜਿਹੜੇ ਪੋਸਟਰ ਲੱਗੇ ਹੁੰਦੇ ਨੇ, ਬੋਰਡ ਲੱਗੇ ਹੁੰਦੇ ਨੇ, ਉਹਦੇ 'ਤੇ ਲਿਖਿਆ ਹੁੰਦਾ ਕਿ ਸਾਡੀ ਆਮ ਆਦਮੀ ਇਹ ਕਰਦੀ ਹੈ, ਪਰ ਗੱਲ ਆਪਾਂ ਫਿਰ ਮੀਡੀਆ ਦੀ ਹੀ ਕਰਦੇ ਹਾਂ। ਸੋ ਹੁਣ ਅਕਾਲੀ ਦਲ ਆਪਣਾ ਏਜੰਡਾ ਪੀਟੀਸੀ ਰਾਹੀਂ ਗੁਰਬਾਣੀ ਨੂੰ ਅੱਗੇ ਰੱਖ ਕੇ ਥੋਪ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਸਾਲਾਂ ਤੋਂ ਥੋਪਿਆ ਜਾਂਦਾ ਰਿਹਾ। ਤੇ ਹੁਣ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਇਹੀ ਕਰਦੀ ਹੈ, ਕਿਉਂਕਿ ਉਹਨਾਂ ਨੇ ਤਾਂ ਪੀਟੀਸੀ ਨੈਟਵਰਕ ਤਾਂ ਇੱਕ ਹੈ, ਪਰ ਆਮ ਆਦਮੀ ਪਾਰਟੀ ਨੇ ਸਾਰੇ ਮੀਡੀਆ ਨੂੰ ਆਪਣੇ ਪ੍ਰਭਾਵ ਥੱਲੇ ਕੀਤਾ ਹੋਇਆ। ਉਹ ਜੇਕਰ ਉਹਨਾਂ ਦੇ ਉਲਟ ਖਬਰ ਕੋਈ ਚੱਲਦੀ ਹੈ ਤਾਂ ਉਹ ਫਿਰ ਉਹਨੂੰ ਬੰਦ ਕਰਨ ਤੱਕ ਜਾਂਦੇ ਨੇ, ਪਿੱਛੇ ਬੰਦ ਹੋਏ ਵੀ ਹੈ, 100-150 ਚੈਨਲ ਬੰਦ ਹੋ ਗਿਆ। ਮਤਲਬ ਕਿ ਆਮ ਆਦਮੀ ਪਾਰਟੀ ਤਾਂ ਇੰਨੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ ਕਿ ਉਹ ਤਾਂ ਬਹੁਤ ਸਾਰਾ ਕੁਛ ਕਰ ਸਕਦੀ ਹੈ ਜਾਂ ਕਰਦੀ ਹੈ, ਕਰਵਾ ਸਕਦੀ ਹੈ। ਹੁਣ ਅਗਲੀ ਗੱਲ ਜਿਹੜੀ ਕਰਦੇ ਹਾਂ, ਹੁਣ ਇਹ ਤਾਂ ਇੱਕ ਪੱਖ ਹੋ ਗਿਆ ਕਿ ਕਿਵੇਂ ਰਾਜਨੀਤਿਕ ਪਾਰਟੀਆਂ ਆਪਣਾ ਪ੍ਰਭਾਵ ਜਿਹੜਾ ਲੋਕਾਂ 'ਤੇ ਛੱਡਦੀਆਂ, ਉਹਦੀ ਉਦਾਹਰਣ ਹੋ ਗਈ ਕਿ PTC ਇਸ ਤਰੀਕੇ ਨਾਲ ਛੱਡਦਾ, ਆਮ ਆਦਮੀ ਇਸ ਤਰੀਕੇ ਨਾਲ, ਕਾਂਗਰਸ ਜਿਹੜੀ ਆ ਉਹ ਤਰੀਕੇ ਨਾਲ, ਅਤੇ ਗੋਦੀ ਮੀਡੀਆ ਵੀ ਕੀ ਕਰਦਾ, ਇਹ ਗੱਲ ਸਾਫ਼ ਹੋ ਗਈ। ਹੁਣ ਅਗਲੀ ਗੱਲ ਆ ਜਾਂਦੀ ਹੈ ਸਿੱਖਾਂ ਦੇ ਜਿਹੜਾ ਗੁਰਦੁਆਰਾ ਐਕਟ ਜਿਹੜਾ ਬਣਿਆ ਹੋਇਆ, ਸੋ ਉਹਦੇ ਵਿੱਚ ਇੰਟਰਫੇਰੈਂਸ ਦੀ ਜਦੋਂ ਇਹ ਗੱਲ ਆ ਜਾਂਦੀ ਹੈ ਤੇ ਉਹਦੇ ਵਿੱਚ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਕੋਈ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਇੰਟਰਫੇਰੈਂਸ ਕਰੇ, ਦਖਲ ਅੰਦਾਜ਼ੀ ਕਰੇ। ਮਤਲਬ ਜੇ ਅੱਜ ਆਮ ਆਦਮੀ ਕਹਿੰਦੀ ਹੈ ਕਿ ਅਸੀਂ ਇੱਕ ਟਰਮ ਹੋਰ ਉਹਦੇ ਵਿੱਚ ਐਡ ਕਰ ਦਿੰਦੇ ਹਾਂ ਜਿਹਦੇ ਨਾਲ ਕਿ ਸਾਰੇ ਚੈਨਲਾਂ ਨੂੰ ਜਿਹੜੀ ਹੈ ਉਹ ਖੁੱਲ੍ਹ ਹੋ ਜਾਏਗੀ, ਸੋ ਇਹ ਆਮ ਆਦਮੀ ਪਾਰਟੀ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ। ਪਰ ਕੀ ਜੇ ਆਮ ਆਦਮੀ ਪਾਰਟੀ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਤਾਂ ਕੀ, ਸਵਾਲ ਹੈ, ਹੁਣ SGPC ਨੂੰ ਖੁਦ ਨਹੀਂ ਚਾਹੀਦਾ ਕਿ ਇੱਕ ਪਰਿਵਾਰ ਦੇ ਪ੍ਰਭਾਵ ਨੂੰ ਨਾ ਕਬੂਲਦਿਆਂ ਹੋਇਆਂ ਤੇ ਉਹ ਆਪਣਾ ਆਪ ਜਿਹੜੇ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਨੇ ਚੇਂਜ ਕਰਕੇ ਤੇ ਕੁਝ ਹੋਰ ਉਹਦੇ ਵਿੱਚ ਨਵਾਂ ਲਿਆਵੇ? ਆਖਿਰ SGPC ਜਿਹੜੀ ਹੈ ਉਹ ਕਿਉਂ ਇਸ ਤੇ ਚੁੱਪ ਹੈ? ਅੱਜ ਸਰਕਾਰ ਨੂੰ ਕਿਉਂ ਇੰਟਰਫੇਰੈਂਸ ਇਹਦੇ ਵਿੱਚ ਕਰਨੀ ਪੈ ਰਹੀ ਹੈ? ਇਹ ਵੀ ਸੋਚਣ ਵਾਲੀ ਗੱਲ ਹੈ। ਮਤਲਬ ਇੱਕ ਤਾਂ ਆਹ ਗੱਲ ਤਾਂ ਸਾਫ਼ ਹੋ ਗਈ ਕਿ ਸਿੱਖਾਂ ਦੇ ਮਸਲਿਆਂ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਨੂੰ ਇੰਟਰਫੇਰੈਂਸ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਕਿਉਂ?
क्योंकि सिखां दे जथेदार दी पॉलिटिक्स दे विच कोई भी इंटरफेरेंस नहीं है। तुसी देख सकते हो कि पंजाब सरकार कदे भी कोई सलाह मशवरा जिहड़ा अकाल तख्त दे जथेदार तों श्रोमणी कमेटी तों नहीं लैंदी, क्योंकि क्यों लैणा चाहीदा उहदा भी कारण यह है क्योंकि सिखां दी स्टेट है। जेकर पंजाब दी गल करिए तां सिखां दी स्टेट है, सिख वध गिनती ने, सो उस आधार दे उत्ते भी चाहीदा कि एक जथेदार आ जिहड़ा सिख कौम दा उहदे कोलों सलाह मशवरा करके जिहड़ी है गलबात जिहड़ी जिहड़ी भी सरकार होवे उह करे, पर इस तरां नहीं कीता जांदा। हुण जे पंजाब सरकार इस तरह नहीं करती कि मतलब कि एस जी पी सी इनवॉल्व ज अकाल तख्त के जथेदार इनवॉल्व नहीं करती तो फिर वह क्यों इनवॉल्व हो रहे हैं। दूसरे पास यह भी गल हैगी है कि यह सिखा का जरा कह लिए कि महान साड़ी संस्था हैगी है, मतलब कि साड़ी अपनी संस्था है, ये किसी का भी जरा कह लीए कि इंटरफेरेंस नहीं होना चाहिए, उस आधार पर भी कह लीए तो पंजाब सरकार ये अमेंडमेंट कर भी कोई हक नहीं होने चाहिए। पर फिर गल फिर मैं लिया हुना भी जे पंजाब सरकार नूं इहदे हक नहीं होने चाहिए तो कि एस जी पी सी नूं इह इह चीज़ां चाहीदियां नहीं कि क्यों एक पार्टी का एजेंडा थोपिया जा रहा एक गुरबाणी का अधिकार सिर्फ उन्हां नूं दे के। ये सवाल है ना कि हुण जे चलो ठीक है आम आदमी पार्टी गलत कर रही है, आपां इह कह दिंदे आ धामी साहब जिहड़े प्रधान ने श्रोमणी कमेटी दे उह वी मिले ने गवर्नर नूं कि इहनां दा जिहड़ा पाया होया आम आदमी पार्टी दा जिहड़ा पाया होया मता है उहनूं ना मन्निया जावे, सो उह वी मिले ने कि इह साडा अपना काम हैगा सानूं आप कर लैण देणा चाहीदा। पर की एस जी पी सी नूं खुद नहीं सी चाहीदा? किन्ने साल 2008 तों जे मैं गल करां चल तां पहलां दा रहा होणा मैनूं लगदा इह, पर 2008 तों पी टी सी लॉन्च हुंदा है, सो उहदे तों लै के अज तक इहदे 12-15 साल हो जांदे आ, सो उदों तों लै के अज तक एजेंडा एक पार्टी अपना थोपदी आ रही है गुरबाणी का सहारा लैके, कि यह सही है? तो जे मन लो भी आपां इह वी कह दईए कि एक पंथक चैनल है तो इहनूं ही अधिकार होना चाहिए, पंथ वाली तां कोई गल ही नहीं है। सारे सारे जिहड़े सिख जुझारू जेलां दे विच ने उहनां नूं अतवादी इस चैनल तों कहा जांदा है। हरदीप सिंह निज्जर दा कतल हो जांदा है, कनेडा पुलिस कहिंदी है कि उहनां दा कोई भी क्रिमिनल रिकॉर्ड नहीं है, वह एक आम शहरी सी, तां इह जिहड़ा पी टी सी हैगा बिना जांच पड़ताल ते भगौड़ा अतवादी लिख रहे हैं। सो मतलब अपने सिखां नूं जलील करन लई इह चैनल जिहड़ा वरत्या जा रहा ते उहदे उत्ते ही गुरबाणी दिखाई जा रही है। मतलब तुसीं देखो किन्ना बाहरों बाहरी तौर दे उत्ते दिखावे दे लई गुरबाणी है, अंदर सिखां वास्ते जहर है। सो इस आधार से भी सिख जिहड़ा इहनूं ना मंजूर करन, एस जी पी सी नूं चाहीदा कि भाई तुहाडे सिखां नूं तुहाडे जुझारूआं नूं इह जिहड़ा चैनल है अतवादी दसदा इहदे कोलों तां पहले दिन ही गुरबाणी का हक जिहड़ा खोलना चाहीदा सी पर नहीं खोया। क्यों? क्योंकि एस जी पी सी भी उहनां दे इनफ्लुएंस च चलदी है। सो हुण जेकर इस तरह आ तो फिर जिहड़ी आम आदमी पार्टी सरकार है तो फिर उह गलत कर रही है कि सही करदी है? हुण फैसला तुसीं करना। मैं इस हक दे विच आ कि आम आदमी पार्टी दी थां कोई भी होवे, मतलब कि आम आदमी है, कांग्रेस है, बीजेपी है, कोई भी पार्टी है, उहदा कोई भी हक नहीं बणदा हैगा कि इह जिहड़ा गुरद्वारा एक्ट है उहदे विच कोई अमेंडमेंट कीती जावे, कोई चेंजेस लियांदियां जाण। पर हुण गल तां एस जी पी सी दे उत्ते भी टिकी होई है ना, गेंद तां उहनां दे पाले च सी। अज एस जी पी सी जरूर कह रही है कि किसे नूं हक नहीं है। जी जे किसे नूं हक नहीं है तां तुसीं वी तां सही काम करो, ਤੁਸੀਂ ਵੀ ਤਾਂ ਉਸ ਚੈਨਲ ਦੇ ਕੋਲੋਂ ਅਧਿਕਾਰ ਲੈ ਕੇ ਤੇ ਆਪਣਾ ਚੈਨਲ ਸ਼ੁਰੂ ਕਰੋ। ਅੱਜ ਤਾਂ ਬਹੁਤ ਸਾਰੇ ਸਾਧਨ ਨੇ, ਅੱਜ ਤਾਂ ਬਹੁਤ ਸਾਰੇ ਸਾਧਨ ਨੇ ਜਿਹਦੇ ਰਾਹੀਂ ਤੁਸੀਂ ਆਪਣਾ ਚੈਨਲ ਖੋਲ ਸਕਦੇ ਹੋ। ਹੁਣ ਮੈਂ ਅਗਲੀ ਜਿਹੜੀ ਗੱਲ ਕਰਨ ਜਾ ਰਿਹਾ, ਇਹ ਗੱਲਾਂ ਸ਼ਾਇਦ ਕਲੀਅਰ ਹੋ ਗਈਆਂ ਕਿ ਕੀ ਕਿਤੇ ਕਿਤੇ ਜਿਹੜੇ ਕੰਮ ਕਰਨ ਵਾਲੇ ਸੀ ਕਿੰਨੇ ਨਹੀਂ ਕੀਤੇ ਤੇ ਅੱਜ ਕੌਣ ਕਰ ਰਿਹਾ, ਮਤਲਬ ਆਮ ਆਦਮੀ ਨੂੰ ਕਿਉਂ ਅੱਗੇ ਆਉਣ ਦੀ ਲੋੜ ਪਈ ਜੇਕਰ ਐਸ ਜੀ ਪੀ ਸੀ ਨੇ ਖੁਦ ਇਹ ਕੀਤਾ ਹੁੰਦਾ। ਇਹ ਗੱਲ ਇੱਥੇ ਆਪਾਂ ਮੁਕਾ ਦਈਏ। ਹੁਣ ਜੇ ਐਸ ਜੀ ਪੀ ਸੀ ਦੀ ਗੱਲ ਕਰਦੇ ਹਾਂ ਤਾਂ ਵੱਡਾ ਬਜਟ ਹੁੰਦਾ, ਵੱਡਾ ਬਜਟ ਹੋਣ ਦੇ ਨਾਲ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਚੜਾਵਾ ਵੀ ਚੜ੍ਹਦਾ, ਬਹੁਤ ਪੈਸਾ ਹੈ ਅਤੇ ਸਿੱਖ ਅੱਜ ਪੂਰੀ ਦੁਨੀਆ ਦੇ ਵਿੱਚ ਐਡੇ ਐਡੇ ਧਨਾੜ ਸਿੱਖ ਨੇ ਜਿਹੜੇ ਔਫਰ ਕਰ ਰਹੇ ਨੇ। ਤੁਸੀਂ ਦੇਖਿਆ ਹੋਣਾ ਪਿਛਲੇ ਇੱਕ ਮਹੀਨੇ ਦੇ ਵਿੱਚ ਤਕਰੀਬਨ 2-3 ਸਿੱਖਾਂ ਨੇ ਵਿਦੇਸ਼ ਰਹਿੰਦਿਆਂ ਨੇ ਔਫਰ ਕਰ ਦਿੱਤੀ ਐਸ ਜੀ ਪੀ ਸੀ ਨੂੰ ਕਿ ਤੁਹਾਡਾ ਕੋਈ ਖਰਚਾ ਨਹੀਂ, ਚੈਨਲ ਅਸੀਂ ਚਲਾਉਂਦੇ। ਸੋ ਹੁਣ ਜੇਕਰ ਇਹ ਗੱਲ ਕਹੀਏ ਕਿ ਐਸ ਜੀ ਪੀ ਸੀ ਚੈਨਲ ਕਿਉਂ ਨਹੀਂ ਚਲਾਉਂਦੀ, ਅੱਜ ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਆਪਾਂ ਕਹਿ ਲਈਏ ਕਿ ਡਿਪਾਰਟਮੈਂਟਸ ਨੇ, ਲੋਕ ਇੱਥੋਂ ਤੱਕ ਕਿ ਜਿਹੜੇ ਈਵੈਂਟ ਕਰਾਉਣ ਵਾਲੇ ਉਹਨਾਂ ਨੇ ਆਪਣੇ ਚੈਨਲ ਕ੍ਰੀਏਟ ਕੀਤੇ ਹੋਏ ਆ, ਅਤੇ ਫਿਰ ਐਸ ਜੀ ਪੀ ਸੀ ਆਪਣਾ ਚੈਨਲ ਕਿਉਂ ਨਹੀਂ ਕ੍ਰੀਏਟ ਕਰ ਸਕਦੀ? ਕਿਉਂ? ਕੰਟੈਂਟ ਨਹੀਂ ਹੈਗਾ? ਕੰਟੈਂਟ ਤਾਂ ਹੈ ਬਈ, 24 ਘੰਟੇ ਕੀਰਤਨ ਚੱਲਦਾ, ਕਿਉਂ ਨਹੀਂ ਕੰਟੈਂਟ ਹੈਗਾ ਤੁਹਾਡੇ ਕੋਲ? ਕੰਟੈਂਟ ਵੀ ਹੈਗਾ। ਅਤੇ ਜੇ ਸਿੱਖ ਮਸਲਿਆਂ ਦੀ ਗੱਲ ਹੋਵੇ ਤਾਂ ਸਿੱਖ ਮਸਲੇ ਵੀ ਬਹੁਤ ਨੇ ਤੁਹਾਡੇ ਕੋਲ।
अज तो एस जी पी सी इस गल वल ध्यान दे के अपना चैनल खोलना चाहिए कि एक आजाद सिखां दा चैनल दुनिया भर के कितने नहीं है। यह गल अज मन के चलीए कि जे सिखा का कोई भी चैनल जिते आजादाना तौर के उ गल हो देखो मन लो कि वधिया सिस्टम हो जूगा जेकर एस जी पी सी यानी कि सिख धर्म का अकाल तखत तो चलण वाला पाईदा कह दिए अकाल तखत तो चलण वाला सिखा का एक चैनल अपना हो किसी पार्टी का प्रभाव ना हो जिदे इंडिया का प्रभाव ना हो विदेश का प्रभाव ना हो सिर्फ सिख मसले मतलब एक मन लो ये आमदन का साधन भी है ये आप भी कह अगे गल करांगे। अच्छा हुण जेकर एस जी पी सी चैनल खोल दी है उहदे ते पहला ते गुरबाणी चले गुरबाणी दे विच एक बुलेटिन होवे जिहड़ा सिख खबरां दुनिया भर दे विच होण वाले जिहड़े सिख इशू ने उहदी गल करे। तीसरा नंबर हिस्टोरिकल प्रोग्राम बनाए जाण डॉक्यूमेंट्रीज बनाईयां जाण दुनिया भर च जिहड़ियां साडियां इतिहासक जगावां ने उहदियां डॉक्यूमेंट्रीयां होण उह चलण उहदे उत्ते ठीक है जी। फिर सिखा के मसले फिर जो पंजाब विदेश के मसले ने विदेशों के गुरुद्वारे विदेशों के मसले कोई भी गलबात हो जथेदार ने सुनेहा देना है तो अपने चैनल के उत्ते आ जाए गुरबाणी कोई कीर्तनिया ने सुनेहा देना वह आ जाए कोई स्पैशल गतका मुकाबले होने हैं वह एस जी पी सी के चैनल पर आ जाए कोई कीर्तन मुकाबले होने हैं वह आ जाए साल के जिमें पी टी सी जे अपने ईवेंट करता जिद मिस्टर पंजाब बनाते हैं जां होर बनाउंदे ने इस तरह का एस जी पी सी का अपना चैनल होवे उहदे उत्ते भी मुकाबले होया करन जिहड़े एनुअली के मिस्टर पंजाब जां फिर मिस्टर जां मिस पंजाब जां उह सारे जिहड़े हैगे आ सिक्खी दे आधार सिक्खी दीआं वैल्यूज़ नूं लै के। सो किन्ना कॉन्टेंट है अपने कोल ही जेकर एस जी पी सी अपना चैनल चला लवे ते सिक्खां दे बहुत सारे मसले हल हो जाण ते दुनिया दे विच पहुंचण जो सही ते साफ जिहड़े ने तरीके दे नाल हर गल नूं पेश करे उहनां दे प्रजेंटर उहनां दे एंकर उहनां दे पत्रकार हर चीज़ नूं अपने साफ तरीके दे नाल सही तरीके दे नाल पेश करन क्यों क्योंकि अज लोड़ भी है। पंजाब दा मीडिया ऑलमोस्ट वकाऊ हो गया जिमें सुखपाल सिंह खहरा ने पिछले दिन ही कहा ना सारे किसी ना किसी पार्टी के प्रभाव के विच है। सो अज सानू सिखां नू पंजाबियां नू एक आजाद चैनल की लोड़ जरूर हैगी है क्योंकि पी टी सी अपने प्रभाव के थले काम करता है जिहड़ा बाकी मीडिया वह अज सत्ता जिहड़ी धारी सरकार है वह थले काम करता है तो जे कांग्रेस के अपने चैनल ने नैशनल मीडिया जिहड़ा मैं पहला कहा कि हटिया कि वह गोदी मीडिया कहाउंदा है। सो आजाद चैनल चाहिए कि नहीं चाहिए यह भी गल है। सो एस जी पी सी जेकर एक मीडिया अपना क्रिएट कर लवे सिर्फ यूट्यूब चैनल नहीं भारत सरकार तो लाइसेंस लैके एक चैनल प्रॉपर जिहड़ा टीवी चैनल हुंदा है एक ब्रॉडकास्टिंग चैनल हुंदा है वह क्रिएट किया जाए उसका स्टूडियो बने इन्नी थां है साडे कोल एस जी पी सी का एक अमृतसर दे विच किते भी वड्डा स्टूडियो बनाया जा सकता है। सो उत्थे सारा जिहड़ा सिस्टम जिहड़ा लगे अंदर ते उत्थों गुरबाणी का प्रसारण होवे। सो हुण उह अगे गल आ जांदी है कि मुनाफा मुनाफा बहुत ज़्यादा होगा मुनाफा बहुत ज्यादा होगा क्योंकि आम तुम देखा होना विदेशों के चलण वाले जिहड़े सिखां दे नाम ते चैनल ने उही किन्ना किन्ना पैसा बनाई जांदे आ ते फिर एस जी पी सी वालों चलिया होया चैनल जिहड़ा उह क्यों नहीं पैसा बना सकता। सो उह आमदनी है मैनूं लगता कि जे अज खर्च करके एस जी पी सी एक चैनल टीवी चैनल क्रिएट कर लैंदी है तो फिर की हुंदा दो चार साल पांच साल के सारी जेकर बाली हुई रकम लगती है आप ये कह लें कि पांच दस करोड़ भी करोड़ तुहाडा खर्चा आ जाता है। सो वह भी सारा कवर हो जाना कवर होने तो बाद सारी जिंदगी लिए मुनाफा जोड़ा वह शुरू हो जाना तो एक आजाद चैनल भी अपना सिख कौम के कोल होजूगा जो दरबार साहब तो गुरबाणी पेश करया करूगा उहदे विच न्यूज़ बुलेटिन होया करूगा जिहदे विच सिखां दीआं ते पंजाब दीआं खबरां विदेश दीआं खबरां होया करनगियां उस तों बाद डॉक्यूमेंट्रियां चलिया करनगियां दुनिया भर दे विच वसण वाले सिखां दा कामागाटा मारू दी की घटना सी दलीप सिंह दी समाध इंग्लैंड दे विच क्यों है ननकाणा साहब की गल होई सी अफगानिस्तान दे विच साडे गुरद्वारे जिहड़े ने उह किन्नां वल्लों ढाए गए मंगू मठ गुरद्वारा किन्नां वल्लों ढाया गया कश्मीर दे विच लेह लद्दाख ਸਾਡੇ ਗੁਰਦੁਆਰੇ ਨੇ ਇਹ ਚੀਜ਼ਾਂ ਦੀਆਂ ਡਾਕੂਮੈਂਟਰੀਆਂ ਚੱਲਿਆ ਕਰਨਗੀਆਂ ਉਸ ਤੋਂ ਬਾਅਦ ਮੁਕਾਬਲੇ ਹੋਇਆ ਕਰਨਗੇ ਕੀਰਤਨ ਹੋਇਆ ਕਰੂਗਾ। ਸੋ ਇਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਆਪਾਂ ਕਹਿ ਲਈਏ ਕਿ ਇੱਕ ਜਿਹੜੀ ਹੈ ਰੈਵੋਲੂਸ਼ਨ ਕ੍ਰਾਂਤੀ ਜਿਹੜੀ ਹੈ ਉਹ ਆ ਸਕਦੀ ਹੈ ਪ੍ਰਚਾਰ ਹੋ ਸਕਦਾ। ਸੋ ਬਹੁਤ ਜ਼ਰੂਰਤ ਹੈ ਅੱਜ ਐਸ ਜੀ ਪੀ ਸੀ ਨੂੰ ਆਪਣੇ ਚੈਨਲ ਦੀ ਚੈਨਲ ਵੀ ਵੱਡੇ ਪੱਧਰ ਦੇ ਉੱਤੇ ਤਿਆਰ ਕੀਤਾ ਜਾਵੇ ਪੱਤਰਕਾਰ ਹੋਣ ਗੁਰਸਿੱਖ ਹੋਣ ਕਿਸੇ ਦਾ ਪ੍ਰਭਾਵ ਨਾ ਹੋਵੇ ਕਿਸੇ ਪਾਰਟੀ ਦੀ ਗੱਲ ਨਾ ਹੋਵੇ हाँ जिथे जरूरी है उत्थे कीती जावे जेकर कोई गलती करता है कोई चंगा काम करता कोई पार्टी उहदी गल कीती जावे
पर आजादी के तौर पर आजाद खबर होन किसी का प्रभाव ना हो। जेकर कोई पंजाब सरकार गलत काम करती है तो ठोक के उस चैनल के उत्ते दिखाया जाए। अज आप गल करते हैं भी साढ़े धर्म का चैनल हो। अल जजीरा वर्गे चैनल ने किसी का प्रभाव नहीं कबूलते। एक जिहड़े कतर का वह चैनल है मेरे ख्याल च, वह मतलब कि आप कह लिए कि एक मुस्लिम जी बहुगिनती देश के विचों चलन वाला वह चैनल है, पर दुनिया के नाम है, उन्होंने सुनिया जाता है, उसकी गल ओथेंटिकेटेड जी गल है वह करते हैं। मतलब कि इस तरह नहीं है कि जबड़ियां मार छड़ियां, चीख चिहाड़ा पा छड़िया। तुसी देखा होना पिछे जे एक नैशनल टीवी के उत्ते पिछली वड्डी स्क्रीन के उत्ते उन्होंने की किया होया कि तूफान का वीडियो चलाया होया, जिहड़ा तूफान अजकल भारत दे विच आया सी, सो उहदी वीडियो चली हुई है। तो जिहड़ी एंकर है अगे वह छतरी फड़ के स्टूडियो दे विच खड़ी हुई पखंड कर रही है, नाटक कर रही है। सो यह पद्धर है नैशनल लैवल का नैशनल मीडिया। इंडिया का जिहड़ा मीडिया ना 180वें दे विचों 161वें नंबर पर आ गया। तुसी ये देखो मतलब कि हुण 80वें ते जाण नूं भी देर नहीं लगनी। यह होंगे भी कि असरदार कि सच्चिया खबरों के आधार पर एक सूची तैयार होंगी है दुनिया के। हूँ 180वें 61वें आ गया भाई, 19 नंबर रह गए हैं, तो तुम बिल्कुल ही खत्म हो जाना। सो जो 180वें 61वें 161वें नंबर के उत्ते आ गया। सो यह इन्नी क सच्चाई जी है ये दिखाई जाती है। हर चीज़ प्रोपोगेटेड आ, हर चीज़ प्रोपोगेंडा बना के दिखाई जाती है। मोदी जो बनाई जाना भगवान बनाई जाना, या फिर बीजेपी बनाई जाना, या फिर RSS या दूसरा मेजर गौरव आर्या वर्गे दल्ले बंदे जड़े ने बिठा के ते सिखा दे खिलाफ जहर उगलना। सो आ चीज़ा ने सारिया चलाई जा रही। सो दुनिया के 161वां नंबर आ चुकया। इस करके एक आजाद चैनल दुनिया तो न्यारा चैनल, जिमें आप एक सिख राज की गल करते हों ना कि महाराजा रणजीत सिंह का एक राज ऐसा होया जिदे वर्गा अज तक राज नहीं होया। सो एक चैनल भी SGPC अज इहो जिहा क्रिएट कर लवे कि जिदे ते किसे दा प्रभाव ना होवे, कदे सुखबीर बादल अपना प्रभाव ना पा सके, कदे कैप्टन अमरिंदर सिंह, कदे चन्नी, कदे आम आदमी वाला भगवंत मान कोई भी इहदे उत्ते अपना प्रभाव ना पा सके। आजादी दे नाल ओह खबर दवे जिहड़ी तुहाडी खबर फिर दुनिया देखे। आने वाले टाइम च एक दो साल दे विच तुसीं तरक्की इन्नी करो कि वह चैनल तुहाडा दुनिया के नामवर चैनल्स दे विचों आ जावे। सो फिर तुसी देखो भी साड़ी गल जिहड़ी जिहड़ी कहिंदे ना कि मसले हल नहीं हुंदे, आ नहीं हुंदा, ओ नहीं हुंदा, साडू हक नहीं दित्ते जांदे, आ नहीं दित्ता जांदा, तुहाडा अपना आजाद मीडिया जेकर होवे दुनिया भर च तुहाडी गल जावे तां फिर गल्लां वखरियां होणगियां। सो इह सारे जिहड़े ने तत्थ ने कि किवें मीडिया नूं अपणियां मुठ्ठियां दे विच घुटिया होया ते 161वें नंबर दे उत्ते भारत दा मीडिया अज क्यों हैगा। ये गल्लां ते तुसी भी गौर करियो, सिर्फ भारत दा मीडिया ही नहीं पंजाब दा मीडिया भी। तुसी देखिया होना सुखपाल सिंह खहरा नाल एक पत्रकार औखा हो गया जदों वकाऊ मीडिया कहा गया। सुखपाल खहरा ने सिर्फ इन्नी गल की सी कि जिहड़ा वकाऊ मीडिया है वह भावें चले जाए। सो एक पत्रकार है वह बड़ा मतलब कि सिख खबरों नूं तूल दिंदा हुंदा, बहुत तीली ला के करदा हुंदा, उहनूं सब तो ज़्यादा मिर्चां लगियां। मतलब तुसी ये देखो भी तुहानूं परोसिया की जा रहा। हुण तुहानूं एक होर गल दस देवां, जांदा जांदा वैसे बहुत लंबी हो गई वीडियो। पंजाब च चलण वाले जिहड़े खबरां वाले चैनल ने, नैशनल चैनलों ने, नैशनल जिहड़े लैवल दे चैनल है उन्होंने तुहाडे पंजाबी च भी चैनल चलाए हुए है। उत्ते चैनल का नाम थले लिख दिता होया, पंजाबी पंजाब हरियाणा हिमाचल लिखिया होया ना ये चैनलों ने। सो तुहानूं पंजाब दे विच उपर उपर वाली एक लाइन पंजाबी च, थले दो लाइन हिंदी दे विच लिख के दित्तियां जांदियां। अपना एजेंडा भी वह थोप रहे ने, अपना एजेंडा हिंदी वाला भी थोप रहे ने, फिर अपनी अपन जिहड़ियां पार्टियां जिन्हां वल्लों उन्हां नूं फंड किया जाता है उन्हां दा एजेंडा भी थोपिया जाता है। तो बाकी भाई PTC दी जिहड़ियां खबरां पिछे जे दिखाइयां जिहदे विच भाई हरदीप सिंह निज्जर एक दो बच्चों का बाप, माँ बाप बजुर्ग माँ बाप का पुत्र, एक वाइफ का हसबेंड, एक जी लेडी का हसबेंड जिहड़ा सी वह चले गया पलंबिंग का काम करने वाला। हुण जे एडा ही अतवादी हुंदा तां फिर वह पलंबिंग का काम लोगों के घरों के जाके टूटियां क्यों लाउंदा, क्यों ये सारा कुछ करता। सो ये गल्लां सोचण वालियां। ते साडा पंथक चैनल जिहदे ते सवेरे शाम गुरबाणी चलती है ते हरदीप सिंह निज्जर नूं भगौड़ा अतवादी लिखदा है, ये नवीं गल नहीं है, हमेशा इस तरह ही लिखिया जाता है। भावें जगतार सिंह हवारा, राजोवाणा, दूजे तीजे सारे की गल कह लीए, सो सारे अतवादी लिखा जाता है इस चैनल के उत्ते। सो एजेंडा अपना है, गुरबाणी मखौटे के तौर पर वरती जा रही है। सो मैं भी नहीं इस वीडियो का निचोड़ कढ़दा कि आम आदमी पार्टी सही है, तो मैं भी नहीं कढ़दा कि आम आदमी पार्टी गलत कर रही है, मैं भी नहीं कढ़दा कि SGPC सही है, तो मैं भी नहीं कहता कि SGPC गलत है। पर आ जाके ये सारे कासे का हल SGPC का अपना आजाद TV चैनल होना चाहिए, फिर
ਉਹਦੇ ਉੱਤੋਂ ਇਨਕਮ ਦਾ ਸਾਧਨ ਵੀ ਹੈ। ਜੇਕਰ ਤੁਹਾਡੀ 24 ਆਵਰ ਗੁਰਬਾਣੀ ਮੰਨ ਲਓ ਯੂਟਿਊਬ 'ਤੇ ਚੱਲਦੀ ਹੈ ਤਾਂ ਤੁਹਾਡੇ ਤੁਹਾਨੂੰ ਲੱਖਾਂ ਰੁਪਈਆ ਮਹੀਨੇ ਦਾ ਜਿਹੜਾ ਉਹ ਯੂਟਿਊਬ ਹੀ ਦੇਣ ਨੂੰ ਤਿਆਰ ਹੋ ਜਾਊਗੀ, ਤੁਹਾਨੂੰ ਦਊਗੀ। ਆਮ ਸਾਡੇ ਜਿਹੜੇ ਮੁੰਡੇ ਨੇ ਲੱਖਾਂ ਰੁਪਈਆ ਤਾਂ ਉਹੀ ਕਮਾ ਰਹੇ ਨੇ ਯੂਟਿਊਬਾਂ ਤੋਂ, ਫੇਸਬੁੱਕ ਦੇ ਉੱਤੋਂ। ਤੁਹਾਡਾ ਜੇ ਲਾਈਵ ਤੁਹਾਡਾ ਸਾਰਾ ਚੱਲਦਾ ਜਾ ਰਿਹਾ ਫੇਸਬੁੱਕ ਯੂਟਿਊਬ ਦੇ ਉੱਤੇ 24 ਆਵਰ, ਤਾਂ ਫਿਰ ਕਿਹੜਾ ਦੁਨੀਆ ਦੇ ਵਿੱਚ ਸ਼ਖਸ ਹੈ ਜਿਹੜਾ ਤੁਹਾਡਾ ਯੂਟਿਊਬ ਚੈਨਲ ਫੋਲੋ ਨਹੀਂ ਕਰੂਗਾ? ਸਿੱਖਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਫੇਸਬੁੱਕ ਚੈਨਲ ਫੋਲੋ ਨਹੀਂ ਕਰੂਗਾ ਤਾਂ ਤੁਹਾਨੂੰ ਕਮਾਈ ਨਹੀਂ ਆਊਗੀ। ਸੋ ਇਹ ਸਾਰੀਆਂ ਚੀਜ਼ਾਂ ਨੋਟ ਕਰੋ, ਬਹੁਤ ਕਮਾਈ ਦਾ ਸਾਧਨ ਇਹਦੇ ਵਿੱਚੋਂ ਹੈਗਾ। ਅੱਜ ਜੇਕਰ ਖਰਚਾ ਆਉਂਦਾ ਤਾਂ ਉਸ ਤੋਂ ਬਾਅਦ ਸਾਰੀ ਲਾਈਫ ਮੁਨਾਫਾ ਵੀ ਹੈ ਅਤੇ ਇੱਕ ਸਿੱਖਾਂ ਦੀ ਗੱਲ ਜਿਹੜੀ ਹੈ ਉਹ ਦੁਨੀਆ ਭਰ 'ਚ ਜਾ ਸਕਦੀ ਹੈ। ਸੋ ਇਹ ਗੱਲਾਂ ਨੇ, ਇਸ ਵੀਡੀਓ ਨੂੰ ਮੈਂ ਸਮਾਪਤ ਕਰਦਾ ਹਾਂ। ਜੇਕਰ ਕਿਸੇ ਦੀ ਸ਼ਾਨ ਦੇ ਖਿਲਾਫ ਕੁਛ ਬੋਲਿਆ ਗਿਆ ਹੋਵੇ ਤਾਂ ਮੁਆਫੀ ਚਾਹੁੰਦੇ ਹਾਂ। ਬਹੁਤ ਧੰਨਵਾਦ।